तुसी देख रहे हो खन्ना टाइम्स टीवी ते आज खरड़ कचहरियां दे विच तुसी जो कि लाइव तस्वीरां देख रहे हो जसविंदर सिंह जी जस्सी गिल जो कि पिछे जे दावेदार मन्ने जा रहे सीगे कांग्रेस तो कांग्रेस पार्टी दो सीट दे ते गलबात करन दी कोशिश कर जसविंदर सिंह सब तो पहले सत श्री अकाल जी धन्यवाद किवें देखदे हो तुसी अज मैं अज ने नामजदगी दाखिल की अज सारे दोस्तों मित्रां भैणां भरावां दे आशीर्वाद लैके सच्चे पातशाह गुरु महाराज दा आशीर्वाद लैके हुण जिहड़ा चोण प्रचार दे लई अपना मैदान दे दिन रात उतरांगे इक पासे कांग्रेस सीट दे दावेदार जगमोहन सिंह जी कंग जो कि आम आदमी पार्टी दे विच समर्थन दे रहे ने उहनां नूं किवें देखदे हो उहनां दा निजी फैसला देखो लोकां ने जिहड़ा राजनीति दा वोट करन दी प्रक्रिया है ना ਉਹ ਮਾਹੌਲ ਟੋਟਲੀ ਬਦਲ ਚੁੱਕਿਆ ਇਸ ਸਮੇਂ ਤੇ ਲੋਕ ਕੰਮ ਕਰਨ ਵਾਲੇ ਲੋਕਾਂ ਨੂੰ ਪਸੰਦ ਕਰ ਰਹੇ ਨੇ ਨਾ ਕਿ ਕਿੰਤੂ ਪਰੰਤੂ ਕਰਨ ਵਾਲੇ ਨੂੰ ਨਾ ਕਿ ਇੱਕ ਪਾਰਟੀ ਚੋਂ ਦੂਜੀ ਪਾਰਟੀ 'ਚ ਜਾਣ ਵਾਲਿਆਂ ਨੂੰ ਜੋ ਲੋਕਾਂ ਦੇ ਅਸਲ ਮੁੱਦੇ ਆ ਜਿਹੜਾ ਉਮੀਦਵਾਰ ਉਹਨਾਂ ਮੁੱਦਿਆਂ 'ਤੇ ਗੱਲ ਕਰੇਗਾ ਉਹਨਾਂ ਦੇ ਸਮਾਧਾਨ ਲਈ ਇੱਕ ਕੋਈ ਪੱਕਾ ਰਸਤਾ ਦੇਵੇਗਾ ਉਹਨਾਂ ਨੂੰ ਲੋਕ ਉਸੇ ਰਸਤੇ 'ਤੇ ਚੱਲ ਕੇ ਉਹਦੀ ਗੱਲ ਨੂੰ ਸਮਝ ਕੇ ਵੋਟ ਪਾ ਕੇ ਉਹਦੀ ਮਦਦ ਕਰਨਗੇ ਪਹਿਲੇ ਕੰਮ ਕਿਹੜੇ ਹੋਣਗੇ ਆਪਣੇ ਇਲਾਕੇ ਦੇ ਵਿੱਚ ਅਗਰ ਤੁਸੀਂ ਜਿੱਤਦੇ ਹੋ ਮੇਰਾ ਸਭ ਤੋਂ ਪਹਿਲੇ ਨੰਬਰ 'ਤੇ ਤਾਂ ਮੈਂ ਪਿਛਲੇ 8-9 ਮਹੀਨਿਆਂ ਤੋਂ ਜਿਹੜਾ ਪ੍ਰਚਾਰ ਕਰ ਰਿਹਾ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਸਿੱਖਿਆ ਦਾ ਜਿਹੜਾ ਢਾਂਚਾ ਉਹਨੂੰ ਇੰਨਾ ਮਜ਼ਬੂਤ ਕਰਨਾ ਕਿਉਂਕਿ ਸਮਾਜ ਦੀਆਂ ਸਾਰੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਸਭ ਦੀ ਜੜ ਜਿਹੜੀ ਸਿੱਖਿਆ ਦਾ ਢਾਂਚਾ ਠੀਕ ਨਾ ਹੋਣਾ ਚਾਹੇ ਉਹਨੂੰ ਤੁਸੀਂ ਕਰਪਸ਼ਨ ਨੂੰ ਲੈ ਲਓ ਬੇਰੁਜ਼ਗਾਰੀ ਨੂੰ ਲੈ ਲਓ ਜਨਸੰਖਿਆ ਨੂੰ ਲੈ ਲਓ ਠੀਕ ਹੈ ਨਾ ਭ੍ਰਿਸ਼ਟਾਚਾਰ ਨੂੰ ਲੈ ਕੇ ਲੁੱਟ ਘਸੁੱਟ ਬਲਾਤਕਾਰ ਨਸ਼ਾ ਡਰੱਗਜ਼ ਨੌਜਵਾਨ ਜਿਹੜੇ ਭਟਕੇ ਆ ਹਰ ਚੀਜ਼ ਸਿੱਖਿਆ ਦੇ ਨਾਲ ਜੁੜੀ ਹੋਈ ਹੈ ਸਕੂਲੀ ਸਿੱਖਿਆ ਨੂੰ ਇੰਨਾ ਮਜ਼ਬੂਤ ਕਰਨਾ ਗਰੀਬਾਂ ਦੇ ਬੱਚਿਆਂ ਨੂੰ ਜੋ ਗਰੀਬੀ ਦੀ ਰੇਖਾ ਤੋਂ ਵੀ ਹੇਠਾਂ ਰਹਿੰਦੇ ਨੇ ਸਮਾਜ ਦੇ ਸਭ ਤੋਂ ਅਖੀਰਲੇ ਪੜਾਅ 'ਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਉਂਗਲ ਫੜ ਕੇ ਉਸ ਜ਼ਿੰਦਗੀ ਦੇ ਜਿਹੜੇ ਬਦਤਰ ਜ਼ਿੰਦਗੀ ਉਹ ਜੀ ਰਹੇ ਉਹ 'ਚ ਬਾਹਰ ਕੱਢਣ ਦੀ ਮੇਰੀ ਕੋਸ਼ਿਸ਼ ਰਹੇਗੀ ਅਤੇ ਸਿੱਖਿਆ ਦੇ ਕੇ ਸਮਾਜ ਨੂੰ ਸੋਹਣਾ ਬਣਾਉਣ ਦੀ ਭਾਈਚਾਰਕ ਸਾਂਝ ਵਾਲਾ ਸਮਾਜ ਬਣਾਉਣ ਦੀ ਮੇਰੀ ਕੋਸ਼ਿਸ਼ ਰਹੇਗੀ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੱਸੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਸਵਿੰਦਰ ਸਿੰਘ ਜੀ ਜੱਸੀ ਗਿੱਲ ਜਿੱਥੇ ਕਿ ਖਰੜ ਹਲਕੇ ਦੇ ਵਿੱਚ ਖਰੜ ਕਚਹਿਰੀਆਂ ਦੇ ਵਿੱਚ ਅੱਜ ਨਾਮਜ਼ਦਗੀ ਪੇਪਰ ਭਰਨ ਲਈ ਜੋ ਕਿ ਪਹੁੰਚੇ ਸੀਗੇ ਅਤੇ ਫੁੱਲਾਂ ਦੇ ਨਾਲ ਹਾਰਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਆਜ਼ਾਦ ਉਮੀਦਵਾਰ ਦੀ ਚੋਣ ਲੜਨਗੇ ਖਰੜ ਹਲਕੇ ਤੋਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਆਸ਼ੀਰਵਾਦ ਦੇ ਨਾਲ ਆਪਣਾ ਨਾਮਜ਼ਦਗੀ ਦਾਖਲ ਕੀਤੀ ਹੈ ਅਤੇ ਹੁਣ ਅਗਲੇ ਜਿਹੜੇ 17-18 ਦਿਨ ਪ੍ਰਚਾਰ ਦੇ ਬਚੇ ਹੋਏ ਆ ਦਿਨ ਰਾਤ ਇਹਨਾਂ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਜੋ ਪਿਛਲੇ 8 ਮਹੀਨਿਆਂ ਤੋਂ ਹਮੇਸ਼ਾ ਸਮਾਜ ਦੀ ਬਿਹਤਰੀ ਲਈ ਜਿਹੜੀ ਗੱਲ ਕੀਤੀ ਹੈ ਉਸੇ ਗੱਲ ਨੂੰ ਆਪਣੀ ਨੂੰ ਅੱਗੇ ਵਧਾਉਣ ਦੇ ਲਈ ਆਪਣਾ ਪ੍ਰਚਾਰ ਜਾਰੀ ਰੱਖਾਂਗਾ ਜਦੋਂ ਮੈਂ ਕਾਂਗਰਸ 'ਚ ਵੀ ਉਦੋਂ ਵੀ ਭਰਮਾ ਪਿਆਰ ਮਿਲ ਰਿਹਾ ਸੀ ਕਿਉਂਕਿ ਮੈਂ ਕਿਸੇ ਵੀ ਮੈਂ ਨਿੱਜੀ ਤੌਰ 'ਤੇ ਪਿਛਲੇ 8-9 ਮਹੀਨੇ ਤੋਂ ਜਿੰਨਾ ਵੀ ਆਪਣਾ ਪ੍ਰਚਾਰ ਇਸ ਇਲਾਕੇ ਦੇ ਵਿੱਚ ਕੀਤਾ ਕਿਸੇ ਨਿੱਜੀ ਵਿਅਕਤੀਗਤ ਬੰਦੇ 'ਤੇ ਜਾਂ ਕਿਸੇ ਪਾਰਟੀ ਦੇ ਇੱਕ ਸ਼ਬਦ ਵੀ ਕਿਸੇ ਦੇ ਵਿਰੋਧ 'ਚ ਨਹੀਂ ਬੋਲਿਆ ਸਿਰਫ ਅਤੇ ਸਿਰਫ ਜੋ ਸਮਾਜ ਦੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਚਾਹੇ ਉਹ ਪੀਣ ਵਾਲੇ ਪਾਣੀ ਦਾ ਹਵਾ ਦਾ ਵਾਤਾਵਰਨ ਦਾ ਮੁੱਦਾ ਹੋਵੇ ਪੀਣ ਵਾਲੇ ਪਾਣੀ ਦਾ ਮੁੱਦਾ ਹੋਵੇ ਸਿੱਖਿਆ ਦਾ ਮੁੱਦਾ ਹੋਵੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਭ੍ਰਿਸ਼ਟਾਚਾਰ ਦਾ ਮੁੱਦਾ ਹੋਵੇ ਉਹਦਾ ਸਮਾਧਾਨ ਲੱਭਣ ਦੀ ਗੱਲ ਕੀਤੀ ਹੈ ਨਾ ਕਿ ਸਿਰਫ ਉਹਦੀ ਆਲੋਚਨਾ ਕਰਨ ਦੀ ਗੱਲ ਕੀਤੀ ਹੈ ਆਲੋਚਨਾ ਕਰਨੀ ਬਹੁਤ ਆਸਾਨ ਹੈ ਇਹਨਾਂ ਸਮੱਸਿਆਵਾਂ ਦਾ ਹੱਲ ਕੀ ਹੈ ਇਸੇ ਮੁੱਦੇ 'ਤੇ ਮੈਂ ਆਪਣਾ ਪ੍ਰਚਾਰ ਦਾ ਫੋਕਸ ਰੱਖਿਆ ਅਤੇ ਜਦੋਂ ਕਾਂਗਰਸ 'ਚ ਵੀ ਮੈਂ ਤਿਆਰੀ ਕਰ ਰਿਹਾ ਸੀ ਉਦੋਂ ਵੀ ਭਰਮਾ ਪਿਆਰ ਮੈਂ ਹੁਣ ਉਸ ਤੋਂ 4 ਗੁਣਾ ਵੱਧ ਮੇਰੇ ਦੋਸਤਾਂ ਨੂੰ ਮੇਰੇ ਕਿਉਂਕਿ 15 ਸਾਲ ਤੋਂ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਸੰਘਰਸ਼ ਦੇ ਰਾਹ 'ਤੇ ਆਪਣਾ ਮਿਹਨਤ ਜਾਰੀ ਰੱਖੀ ਕੰਮ ਕੀਤਾ ਹੁਣ ਦੋਸਤਾਂ ਦੇ ਵਿੱਚ ਇਸ ਤੋਂ ਵੀ ਵੱਧ ਉਤਸ਼ਾਹ ਜਿਹੜੀ ਜਿਹੜੀ ਜਗ੍ਹਾ 'ਤੇ ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਕੋਲ ਉੱਥੇ ਬੰਦੇ ਨਹੀਂ ਮੇਰੇ ਦੋਸਤ ਨਹੀਂ ਸਾਥੀ ਮਦਦ ਕਰਨ ਵਾਲੇ ਉੱਥੋਂ ਵੀ ਬੇਸ਼ੁਮਾਰ ਕਾਲਾਂ ਆ ਰਹੀਆਂ ਨੇ ਬੇਸ਼ੁਮਾਰ ਫੋਨ ਆ ਰਹੇ ਨੇ ਹੌਸਲਾ ਵਜਾਈ ਲਈ ਔਰ ਬਹੁਤ ਹੌਸਲਾ ਵਧਾ ਰਹੇ ਸਾਰੇ ਸਾਥੀ ਸਭ ਤੋਂ ਮੇਰਾ ਟੀਚਾ ਪਹਿਲੇ 2 ਸਾਲਾਂ 'ਚ 183 ਲਗਭਗ ਪਿੰਡ ਆ ਸਾਡੇ ਕੁਛ MC ਲਿਮਿਟ 'ਚ ਆ ਗਏ ਕੁਛ ਪਿਓਰ ਪਿੰਡ ਨੇ ਹਲੇ ਵੀ ਪੰਚਾਇਤਾਂ ਨੇ ਹਰ ਪਿੰਡ 'ਚ ਐਵਰੇਜ 15-20 ਘਰ ਐਸੇ ਨੇ ਜਿਨ੍ਹਾਂ ਦੀਆਂ ਛੱਤਾਂ ਕਿਸੇ ਸਮੇਂ ਵੀ ਗਿਰ ਸਕਦੀਆਂ ਅਤੇ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਨੇ ਇੰਨੀ ਗਰੀਬੀ 'ਚ ਨੇ ਕਿ ਆਪਣੀ ਛੱਤ ਦੀ ਰਿਪੇਅਰ ਵੀ ਨਹੀਂ ਕਰਾ ਸਕਦੇ ਪਹਿਲੇ 2 ਸਾਲਾਂ 'ਚ ਮੇਰਾ ਟੀਚਾ ਰਹੇਗਾ ਔਰ ਪ੍ਰੋਪਰ ਔਨ ਰਿਕਾਰਡ ਇਹ ਚੀਜ਼ਾਂ ਕਰਕੇ ਦਿਖਾਵਾਂਗਾ ਸਿਰਫ ਕਹਿਣ ਦੀ ਗੱਲ ਨਹੀਂ ਹੈ ਪਹਿਲੇ 2 ਸਾਲਾਂ 'ਚ ਮੇਰੀ ਕੋਸ਼ਿਸ਼ ਹੈ ਵੀ ਇੱਕ ਵੀ ਘਰ ਸਾਡੇ ਇਲਾਕੇ 'ਚ ਐਸਾ ਨਾ ਰਹੇ ਜਿਹਦੀ